ਮੋਗਾ ਦੇ ਪਿੰਡ ਦੀਨਾ ਸਾਹਿਬ ਵਿਖੇ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੀਨਾ ਸਾਹਿਬ ਵਿੱਚ 5 ਨੌਜਵਾਨਾਂ ਵੱਲੋਂ ਆਪਣੇ ਹੀ ਸਾਥੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦੇ ਪਿਤਾ ਸੁਖਮੰਦਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਨੂੰ ਉਹਨਾਂ 5 ਨੌਜਵਾਨਾਂ ਨਾਲ ਜਾਣ ਤੋਂ ਹਮੇਸ਼ਾ ਰੋਕਦਾ ਰਹਿੰਦਾ ਸੀ, ਕਿਉਂਕਿ ਉਹ 5 ਨੌਜਵਾਨ ਨਸ਼ੇ ਕਰਨ ਦੇ ਆਦੀ ਸਨ, ਜਿਸ ਕਾਰਨ ਇਹਨਾਂ 5 ਨੌਜਵਾਨਾਂ ਦੀ ਰਾਤ ਮੇਰੇ ਪੁੱਤਰ ਨਾਲ ਕਿਸੇ ਕਾਰਨ ਤਕਰਾਰ ਹੋ ਗਈ ਅਤੇ ਨੌਜਵਾਨਾਂ ਵੱਲੋਂ ਮੇਰੇ ਪੁੱਤਰ ਦਾ ਰਾਤੀ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ। ਇੱਥੇ ਬੈਠੇ ਸੀ ਜੀ ਪੱਥਰਾਂ ਦੇ ਬਾਹਰ ਮੰਦਰ ਕੋਲ, ਉੱਥੇ ਹੀ ਮੈਂ 10:28 'ਤੇ ਬਾਹਰ ਨਿਕਲਿਆ ਜਦੋਂ, ਅਤੇ ਇਹਦੇ ਉਦੋਂ ਨੂੰ ਕਰਚਾ ਕੁਰਚਾ ਮਾਰ ਕੇ ਉਹ ਤੁਰ ਗਏ ਸੀ। ਉਸ ਤੋਂ ਬਾਅਦ 'ਚ ਮੈਂ ਉਹਨਾਂ ਦੇ ਘਰਾਂ 'ਚ ਗਾਲਾਂ ਗੁਲਾਂ ਕੱਢੀਆਂ, ਡਾਕਟਰ ਨੂੰ ਲੈ ਕੇ ਆਇਆ ਅਤੇ ਉਦੋਂ ਖਤਮ ਹੋ ਗਿਆ। ਉਹਨੇ 10 ਮਹੀਨੇ ਜੋੜ ਗਿਆ, ਕਹਿੰਦਾ ਵੀ ਆਹ 5 ਬੰਦਿਆਂ ਨੇ ਮੇਰੇ ਮਾਰ ਗਏ। ਅੱਛਾ, ਉਹ ਜੋ ਜਿਹੜੇ 5 ਬੰਦਿਆਂ ਨੇ ਉਹਨਾਂ ਦਾ ਕਤਲ ਕੀਤਾ ਜੀ, ਉਹ ਇੱਥੋਂ ਦੇ ਵਾਸੀ ਨੇ ਜੀ? ਹਾਂ, ਇੱਥੋਂ ਦੇ ਜੀ, ਘਰਾਂ ਦੇ ਬੰਦੇ ਆ। ਤੁਸੀਂ ਉਹਨਾਂ ਨੂੰ ਨਾਮ ਬਾਏ ਨੇਮ ਜਾਣਦੇ ਹੋ ਜੀ? ਪੂਰਾ ਜਾਣਦੇ ਜੀ, ਘਰਾਂ ਦੇ ਹੀ ਆ। ਕੀ ਨਾਮ ਆ ਜੀ ਉਹਨਾਂ ਦੇ? ਇੱਕ ਤਾਂ ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਅਤੇ ਆਪਣਾ ਰੂਪੀ ਸਿੰਘ, ਪੰਗੂ ਸਿੰਘ, ਇੱਕ ਆਪਣਾ ਨਾਗ ਕਹਿੰਦੇ ਆ ਜੀ ਉਹਨੂੰ ਮੁੰਡਾ, ਬਲਦੇਵ ਸਿੰਘ ਦਾ। ਇਹਨਾਂ ਦੀ ਕੋਈ ਆਪਸ ਵਿੱਚ ਕੋਈ ਗੱਲਬਾਤ ਨਹੀਂ ਜੀ? ਕੋਈ ਉਹ ਤਾਂ ਸਾਈਡ ਤੇ ਬੈਠਾ ਸੀ, ਉਹ ਪਰੇ ਆਏ ਆ ਮੰਦਰ ਦੇ ਵਿੱਚੋਂ ਨਿਕਲ ਕੇ। ਪਹਿਲਾਂ ਕੋਈ ਪੁਰਾਣੀ ਰੰਜਿਸ਼ ਹੋਵੇ ਜੀ ਇਹਨਾਂ ਦੀ? ਆਪਾਂ ਕਹਿ ਨਹੀਂ ਸਕਦੇ, ਤਾਂ ਉਹੀ ਦੱਸ ਸਕਦੇ ਆ ਜੀ ਜਿਨ੍ਹਾਂ ਨੇ ਮਾਰਿਆ, ਚਰਚਾ ਮਾਰ ਕੇ ਗਏ। ਕੀ ਕੰਮ ਕਰਦੇ ਆ ਜੀ ਉਹ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਜੀ? ਉਹ ਚਿੱਟਾ ਚੁੱਟਾ ਵੇਚਦੇ ਜੀ, ਚਿੱਟਾ ਵਾਧੂ ਸ਼ਰੇਆਮ, ਪੂਰੇ ਇੱਕ ਨੰਬਰ ਦੇ ਨਸ਼ੇੜੀ ਆ। ਇਹਦੇ ਵਿੱਚ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਇਸ ਬਾਰੇ ਕੁਛ? ਹਾਂ ਜੀ, ਦੱਸਿਆ ਵਾ ਸਭ। ਪੁਲਿਸ ਨੇ ਕੋਈ ਕਾਰਵਾਈ ਕੀਤੀ ਉਹਨਾਂ 'ਤੇ? ਬਸ ਉਹ ਮੁੰਡੇ ਨੂੰ ਲੈ ਕੇ ਰਾਤ ਜੀ, ਡਿਪਟੀ ਸਾਹਿਬ ਵੀ ਆਏ ਸੀਗੇ, ਐਸ ਐਚ ਓ ਸਾਹਿਬ ਵੀ ਆਏ ਸੀ, ਉਹਨਾਂ ਨੇ ਉਹ ਕਰਤਾ, ਲੈ ਕੇ ਗਏ ਮੋਗੇ ਜੀ ਹਸਪਤਾਲ ਦੇ ਵਿੱਚ। ਕਿੰਨੀ ਉਮਰ ਸੀਗੀ ਜੀ ਤੁਹਾਡੇ ਲੜਕੇ ਦੀ? 22 ਸਾਲ ਆ ਜੀ। ਕੀ ਕੰਮ ਕਰਦਾ ਸੀਗਾ ਜੀ? ਡਰਾਈਵਰੀ ਕਰਦਾ ਸੀਗਾ ਜੀ, ਮਸ਼ੀਨਾਂ 'ਤੇ ਜਾਂਦੇ ਸੀਗੇ, ਟਰੈਕਟਰ ਟੁੱਟ ਚਲਾ ਦਿੰਦੇ ਸੀ ਬੱਸੇ। ਹੁਣ ਤੁਸੀਂ ਕੀ ਮੰਗ ਕਰੋਗੇ ਜੀ? ਉਹਨਾਂ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ ਜੀ, ਇਹੀ ਮੰਗ ਹੈ ਸਾਡੀ ਤਾਂ ਪ੍ਰਸ਼ਾਸਨ ਤੋਂ। ਕੋਈ ਗ੍ਰਿਫਤਾਰ ਹੋਇਆ ਜੀ ਇਹਦੇ ਵਿੱਚ? 3 ਬੰਦੇ ਹੋਏ ਜੀ, 2 ਭੱਜੇ ਹੋਏ। ਠੀਕ ਹੈ। ਦੇਖੋ ਜੀ, ਅੰਮ੍ਰਿਤਪਾਲ ਦਾ ਆਪਣਾ ਬ੍ਰਦਰ ਹੈ, ਵੱਡਾ ਭਰਾ ਹੈ, ਉਹ 10:30 ਦੇ ਕਰੀਬ ਉਹ ਮੇਰੇ ਕੋਲ ਗਏ ਆ, ਦੁਕਾਨ ਦੇ ਉੱਪਰ ਸੀ ਮੈਂ, ਉਹ ਮੁੰਡਿਆਂ ਨਾਲ ਬਹਿ ਕੇ ਗਏ ਆ ਮੋਟਰਸਾਈਕਲ ਦੇ ਉੱਪਰ। ਉਦੋਂ ਬਾਅਦ ਉਹ ਵਾਪਸ ਆਉਂਦੇ ਆ 10:37 'ਤੇ, ਜਿਸ ਕਾਰਨ ਧਰਮਸ਼ਾਲਾ ਦੇ ਸਾਹਮਣੇ ਸਾਨੂੰ ਉਸ ਮਤਲਬ ਕਿ ਅਪਰਾਧੀਆਂ ਨੇ ਉਸਨੂੰ ਕਿਰਚ ਮਾਰ ਦਿੱਤੀ। ਠੀਕ ਹੈ ਜੀ। ਉਸ ਕਾਰਨ ਉਸਨੂੰ ਅਸੀਂ 10:37 ਉੱਪਰ ਆਪਣੇ ਘਰ ਲੈ ਕੇ ਆਏ ਹਾਂ ਅਤੇ ਉਸਦੀ ਡੈਥ ਹੋ ਗਈ ਹੈ। ਉਹਨਾਂ 5 ਅਪਰਾਧੀਆਂ ਨੂੰ ਜੀ ਸਜ਼ਾ ਦਿੱਤੀ ਜਾਵੇ, ਤੂੰ ਮੂਹਰੇ ਇਹੀ ਮੰਗ ਹੈ ਜੀ ਸਾਡੀ। ਜਦੋਂ ਤੁਸੀਂ ਉਹਨੂੰ ਲੈ ਕੇ ਆਏ ਤੁਹਾਡੇ ਬ੍ਰਦਰ ਨਾਲ, ਉਦੋਂ ਉਹ ਜਿੰਦਾ ਸੀਗੇ? ਦੇਖੋ ਜੀ, ਉਦੋਂ ਥੋੜ੍ਹੇ ਸਾਹ ਚੱਲੇ, 3 ਸਾਹਾਂ ਵਿੱਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੇ ਕੁਛ ਦੱਸਿਆ ਤੁਹਾਨੂੰ ਵੀ ਕੀ ਗੱਲ ਹੋਈ? ਉਹਨਾਂ ਨੇ ਪਹਿਲਾਂ ਮੇਰੇ ਡੈਡੀ ਜੀ ਗਏ ਆ ਭੱਜ ਕੇ, ਉਦੋਂ ਬਾਅਦ ਮੇਰੇ ਘਰ ਵਾਲੀ ਗਈ ਹੈ, ਉਦੋਂ ਬਾਅਦ ਜੀ ਮੈਂ ਗਿਆ। ਠੀਕ ਹੈ ਜੀ। ਉਹਨਾਂ ਨੇ ਡੈਡੀ ਨੂੰ ਕੁਛ ਦੱਸਿਆ, ਉਦੋਂ ਬਾਅਦ ਜਦੋਂ ਅਸੀਂ 3 ਨੇ ਉਹਨੂੰ ਘਰ ਵਿੱਚ ਲੈ ਕੇ ਆਉਂਦਾ ਤਾਂ ਉਸਦੀ ਡੈਥ ਹੋ ਚੁੱਕੀ ਸੀ। ਅਤੇ ਜਿਹੜੇ ਇਹ ਨਾਮ ਹੈ 5 ਜਣਿਆਂ ਦੇ, ਤੁਹਾਡੇ ਪਿਤਾ ਜੀ ਨੇ ਵੀ ਲਏ ਆ ਪੁਲਿਸ ਕੋਲ, ਅਤੇ ਕੀ ਇਹ ਬੰਦੇ ਗ੍ਰਿਫਤਾਰ ਕੀਤੇ ਗਏ ਆ ਕਿ ਨਹੀਂ? ਹਾਂਜੀ, ਇਹ ਗ੍ਰਿਫਤਾਰ ਰਾਤ ਗੁਰਪ੍ਰੀਤ ਸਿੰਘ, ਅਮਰੀਕ ਸਿੰਘ, 3 ਬੰਦੇ ਗ੍ਰਿਫਤਾਰ ਕੀਤੇ ਗਏ ਆ ਜੀ। ਤੁਸੀਂ ਉਸ ਤੋਂ ਬਾਅਦ 2 ਫਰਾਰ ਹੋ ਚੁੱਕੇ ਆ ਜੀ। ਹੁਣ ਤੁਸੀਂ ਕੀ ਮੰਗ ਕਰਦੇ ਆ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ 'ਚੋਂ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਇਨਸਾਫ ਕੀਤਾ ਜਾਵੇ, ਅਸੀਂ ਗਰੀਬ ਬੰਦੇ ਹਾਂ ਜੀ। ਤੁਹਾਡੇ ਬ੍ਰਦਰ ਦਾ ਇਹਨਾਂ ਦੇ ਨਾਲ ਕੋਈ ਪਹਿਲਾਂ ਵੀ ਝਗੜਾ ਸੀ? ਨਹੀਂ, ਝਗੜਾ ਕੋਈ ਨਹੀਂ ਸੀ। ਇਹ ਨਸ਼ਾ ਪੱਤਾ ਵੇਚਦੇ ਸੀ, ਕਿਸੇ ਕਾਰਨ ਇਹ ਥੋੜ੍ਹਾ ਘਣਾ ਨਸ਼ਾ ਪੱਤਾ ਇਹ ਵੀ ਕਰਦਾ ਸੀ, ਇਹਨਾਂ ਦੇ ਨਾਲ ਰਹਿੰਦਾ ਕਰਦਾ ਸੀ।
ਇਸ ਕਾਰਨ ਉਸਦੀ ਮਤਲਬ ਕਿ ਚਿੱਟਾ ਪੀਣ ਦੇ ਜਾਂ ਇਹਨਾਂ ਨਾਲ ਰਲਣ ਦੀ ਦਿੱਤ ਹੋ ਚੁੱਕੀ ਹੈ ਜਾਂ ਇਹਨਾਂ ਨੇ ਮਾਰਿਆ ਉਹਨੂੰ। ਇਸ ਕਤਲ ਸੰਬੰਧੀ ਥਾਣਾ ਮੁਖੀ ਲਕਸ਼ਮਣ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੰਜਾਂ ਨੌਜਵਾਨਾਂ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੰਜੇ ਨੌਜਵਾਨ ਇਸੇ ਪਿੰਡ ਦੇ ਰਹਿਣ ਵਾਲੇ ਨੇ। ਉਹਨਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ ਵੱਖ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਰਾਤ ਮੰਦਰ ਸਿੰਘ ਸਾਨੂੰ ਬਲਵਿੰਦਰ ਸਿੰਘ ਵਾਸੀ ਦੀਨਾ ਸਾਹਿਬ ਨੇ ਸਾਨੂੰ ਇੱਕ ਸਟੇਟਮੈਂਟ ਰਿਕਾਰਡ ਕਰਵਾਈ ਆ ਅਤੇ ਉਸਦੇ ਮੁੰਡੇ ਅੰਮ੍ਰਿਤਪਾਲ ਦਾ ਕੁਝ ਵਿਅਕਤੀਆਂ ਨੇ ਤੇਜ਼ ਹਥਿਆਰ ਮਾਰ ਕੇ ਕਤਲ ਕਰ ਦਿੱਤਾ। ਇਸ ਸੰਬੰਧੀ ਅਸੀਂ ਉਹਦਾ ਬਿਆਨ ਕਲਮਬੰਦ ਕਰਕੇ FIR ਦਰਜ ਕਰ ਦਿੱਤੀ। ਪਰਿਵਾਰ ਵਾਲਿਆਂ ਨੇ ਕੁਛ ਬੰਦੇ ਨਾਮਜ਼ਦ ਵੀ ਕਰਵਾਏ ਹੈ ਜੀ? ਹਾਂ, ਪੰਜ ਜਣੇ ਹੈਗੇ ਜੀ, ਉਹਨਾਂ ਦੇ ਖਿਲਾਫ਼ ਉਹ FIR ਲਾਸ ਕੀਤੀ ਹੈ। ਕੋਈ ਗ੍ਰਿਫਤਾਰੀ ਹੋਈ ਹੈ ਜੀ? ਨਹੀਂ, ਗ੍ਰਿਫਤਾਰੀ ਕੋਈ ਨਹੀਂ। ਅਤੇ ਇਹ ਜਿਹੜੇ ਬੰਦੇ ਨਾਮਜ਼ਦ ਕੀਤੇ ਹੈ ਜੀ, ਇਹਨਾਂ 'ਤੇ ਪਹਿਲਾਂ ਵੀ ਕੋਈ ਪੁਲਿਸ ਰਿਕਾਰਡ ਹੈ ਇਹਨਾਂ ਦਾ? ਦੋ ਜਣਿਆਂ 'ਤੇ ਹੈਗਾ ਜੀ, NDPS ਸੈਕਟਰ ਦੇ ਮੁਕੱਦਮੇ ਦਰਜ ਹੈ। ਸੁਣਨ ਦੇ ਵਿੱਚ ਆਇਆ ਕਿ ਜਿਹੜੇ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ ਇਹ ਵੀ ਇਹਨਾਂ ਦੇ ਨਾਲ ਹੀ ਪਹਿਲਾਂ ਰਹਿੰਦਾ ਸੀ, ਕੋਈ ਇਹਨਾਂ ਦੀ ਵੀ ਇਹਦੀ ਵੀ ਇਸ ਕੰਮ ਦੇ ਵਿੱਚ ਇਨਵੋਲਵਮੈਂਟ ਰਹੀ ਹੈ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ। ਉਹ ਨਾਲ ਜ਼ਰੂਰ ਰਹਿੰਦਾ ਸੀ, ਇਸ ਕਰਕੇ ਉਹਦਾ ਫਾਦਰ ਰੋਕਦਾ ਸੀਗਾ ਉਹ ਨਾਲ ਜਾਣ ਤੋਂ, ਇਸੇ ਕਰਕੇ ਉਹਨਾਂ ਨੇ ਉਹਦਾ ਕਤਲ। ਕਦੋਂ ਤੱਕ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਜੀ? ਜਲਦੀ ਤੋਂ ਜਲਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ। ਮੋਗਾ ਤੋਂ ਚਮਕੌਰ ਲੋਕਲ ਦੀ ਰਿਪੋਰਟ।